ਕਿਉਂਕਿ ਕੁਝ ਲੋਕਾਂ ਦੀ ਸੋਚ ਹੀ ਹੈਗਾ ਵੀ ਇੱਕ ਸਮੁਦਾਇ ਨੂੰ ਡਰਾ ਧਮਕਾ ਕੇ ਇਸ ਸਟੇਟ ਤੋਂ ਬਾਹਰ ਕੱਢਿਆ ਜਾਵੇ, ਕਿਉਂਕਿ ਇਹ ਸਰਕਾਰਾਂ ਜਿਹੜੀਆਂ ਕੱਟੜਵਾਦੀ ਵਿਚਾਰਧਾਰਾ ਲੋਕਾਂ ਦੇ ਇਸ਼ਾਰਿਆਂ 'ਤੇ ਕੰਮ ਕਰਨਗੀਆਂ। ਔਰ ਸਾਨੂੰ ਜੋ ਸਾਡਾ ਨਜ਼ਰੀਆ ਅੱਜ ਦੇ ਪੰਜਾਬ ਨੂੰ ਵੇਖਣ ਦਾ ਉਹ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਏਜੰਸੀਆਂ ਸਾਨੂੰ ਕਹਿ ਰਹੀਆਂ ਕਿ ਪੰਜਾਬ ਦੇ ਵਿੱਚ ਫਿਰ ਇੱਕ ਖੂਨੀ ਹੋਲੀ ਖੇਲਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ। ਤੁਹਾਡੀ ਕਹਿਣ ਦਾ ਮਤਲਬ ਹੈ ਵੀ ਜੇ ਕੋਰੀਡੋਰ ਖੋਲ੍ਹਣ ਤੋਂ ਬਾਅਦ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਜਿਹੜਾ ਪੁਰਾਣਾ ਦੌਰ ਹੈ ਉਹ ਦੁਬਾਰਾ ਫਿਰ ਦੇਖੋ ਉਹਦੀ ਵਜ੍ਹਾ ਕੀ ਹੈ। ਅਗਰ ਸਰਕਾਰ ਚਾਹੁੰਦੀ, ਸਰਕਾਰ ਇਸ ਵੈਸੇ ਕੋਰੀਡੋਰ ਦਾ ਵਿਰੋਧ ਨਹੀਂ ਕਰ ਰਹੇ ਕਿਉਂਕਿ ਉਹ ਇੱਕ ਧਾਰਮਿਕ ਸਥਾਨ ਹੈ, ਇੱਕ ਐਸਾ ਵਿਸ਼ਵ ਵਿਖਿਆਤ ਸਥਾਨ ਹੈ ਜਿਹਨੂੰ ਸੰਸਾਰ ਦਾ ਹਰ ਵਰਗ ਪੂਜਦਾ। ਤਾਂ ਸਰਕਾਰ ਨੂੰ ਇਹਦੇ ਬਾਅਦ ਦੂਜਾ ਉਪਰਾਲਾ ਕਰ ਲੈਣਾ ਚਾਹੀਦਾ ਸੀ ਨਾ, ਜ਼ਮੀਨ ਦੇ ਬਦਲੇ ਜ਼ਮੀਨ ਆਪਣੇ ਅੱਟਾ ਸੱਟਾ ਕਰਨ ਦੇ, ਜਿੰਨੀ ਕੁ ਜ਼ਮੀਨ 'ਚ ਉਹ ਜਗ੍ਹਾ ਆਪਾਂ ਲੈ ਕੇ ਤਾਂ ਕੋਈ ਹੋਰ ਜਗ੍ਹਾ ਪਾ ਕੇ ਤੁਹਾਨੂੰ ਦੇ ਦਿੰਦੇ। ਕਿਉਂਕਿ ਮੇਰਾ ਕਹਿੰਦਾ ਵੀ 6.5 ਲੱਖ ਦੇ ਕਰੀਬ ਜਦੋਂ ਦੇਸ਼ ਆਜ਼ਾਦ ਹੋਇਆ ਸਿੱਖ ਸਾਡੇ ਭਾਈ ਪੰਜਾਬ 'ਚ ਉੱਥੇ ਪਾਕਿਸਤਾਨ ਦੇ ਵਿੱਚ ਰਹਿੰਦੇ ਸੀ। ਅੱਜ ਜਿਹਨਾਂ ਦੀ ਗਿਣਤੀ ਘੱਟ ਗਏ 32-33 ਸੌ ਪਰਿਵਾਰ ਉੱਥੇ ਰਹਿ ਗਿਆ। ਸੈਕੂਲਰ ਦੀ ਦੁਹਾਈ ਪਾਕਿਸਤਾਨ ਵੀ ਬਹੁਤ ਦੇ ਰਹੇ ਨੇ, ਜਦਕਿ ਸੱਚਾਈ ਹੈਗੀ ਆ ਵੀ ਉਹ ਇੱਕ ਉਸ ਦੇਸ਼ ਦਾ ਜਦੋਂ ਬਟਵਾਰਾ ਹੋਇਆ ਸੀ ਉਹ ਧਰਮ ਦੇ ਆਧਾਰ ਨਾਲ ਬਟਵਾਰਾ ਹੋਇਆ ਸੀ, ਇਹ 'ਚ ਕੋਈ ਡਾਊਟ ਨਹੀਂ। ਅੱਜ ਲੋਕ ਜੋ ਮਰਜ਼ੀ ਕਹਿੰਦੇ ਰਹਿਣ ਅਤੇ ਅੱਜ ਉਸ ਜਿਸ ਦੇਸ਼ ਦਾ ਬਟਵਾਰਾ ਹੀ ਧਰਮ ਦੇ ਆਧਾਰ ਨਾਲ ਹੋਇਆ ਉੱਥੇ ਸਾਡੇ ਦੇਵ ਸਥਾਨ ਨੇ, ਹਜ਼ਾਰਾਂ ਮੰਦਰ ਤੋੜਦੇ ਨੇ, ਕਈਆਂ ਗੁਰਦੁਆਰਿਆਂ ਦੇ ਵਿੱਚ ਅੱਜ ਵੀ ਉਹਨਾਂ ਦੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਸਾਡੇ ਪੰਜਾਬ ਦੇ ਨੁਮਾਇੰਦੇ ਨੂੰ ਨਹੀਂ ਜਾਣ ਦਿੰਦੀਆਂ। ਫਿਰ ਉਹ ਢੰਡੋਰਾ ਪਿੱਟਦੇ ਆ ਵੀ ਆਪਾਂ ਇਹਨਾਂ ਦੀ ਰੱਖਿਆ ਕਰ ਰਹੇ ਹਾਂ, ਇਹ ਸਰਾਸਰ ਮਜ਼ਾਕ ਆ। ਇੱਕ ਅਹਿਮ ਗੱਲ, 84 ਦੇ ਦੌਰਾਨ ਜਿਹੜੇ ਲੋਕ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੇ ਇੱਥੇ ਖੂਨ ਖਰਾਬਾ ਕੀਤਾ, ਜਿਹੜੇ ਪੁਲਿਸ ਕੋਲ ਡਰ ਕੇ ਬਾਹਰ ਦੌੜ ਗਏ, ਜਿਹੜੇ 84 ਤੋਂ ਲੈ ਕੇ ਅੱਜ ਤੱਕ ਪਿਛਲੀਆਂ ਸਰਕਾਰਾਂ ਦੇ ਸਮੇਂ ਹਿੰਮਤ ਨਹੀਂ ਜੁਟਾ ਪਾਵੇ ਆਪਾਂ ਹਿੰਦੁਸਤਾਨ 'ਚ ਕਿੱਦਾਂ ਜਾਵਾਂਗੇ, ਕਿਉਂਕਿ ਉਹਨਾਂ ਦੇ ਕੇਸ ਦਰਜ ਸੀਗੇ, FIR ਦਰਜ ਸੀਗੀਆਂ, ਉਹਨਾਂ ਦੇ ਨਾਂ ਕਾਲੀ ਸੂਚੀ 'ਚ ਸੀਗੇ। ਲੇਕਿਨ ਕੇਂਦਰ ਦੀ ਜਿਹੜੀ ਮੌਜੂਦਾ ਗੌਰਮੈਂਟ ਹੈ, ਮੋਦੀ ਸਾਹਿਬ ਨੇ ਕਿਸੇ ਪੰਜਾਬ ਦੇ ਲੋਕਾਂ ਨੂੰ ਨਹੀਂ ਪੁੱਛਿਆ, ਕਿਸੇ ਨੁਮਾਇੰਦੇ ਨੂੰ ਨਹੀਂ ਪੁੱਛਿਆ, 300-350 ਉਹਨਾਂ ਕਾਲੀ ਲਿਸਟਾਂ ਦੇ ਲੋਕਾਂ ਨੂੰ ਹਰੀ ਝੰਡੀ ਦੇ ਕੇ ਅਤੇ ਫਿਰ ਪੰਜਾਬ 'ਚ ਵਾਪਸ ਲੈਣ। ਅਗਰ ਕਿਸੇ ਨੂੰ ਮੁੱਖ ਧਾਰਾ 'ਚ ਸ਼ਾਮਿਲ ਕਰਨਾ ਹੈ ਤਾਂ ਪਹਿਲੇ ਸਰਕਾਰ ਸੈਂਟਰ ਨੂੰ ਵੀ ਸਪਸ਼ਟ ਕਰਨਾ ਚਾਹੀਦਾ ਕਿ ਇਹ ਲੋਕ ਉਸ ਟਾਈਮ ਆਤੰਕਵਾਦੀ ਸੀਗੇ, ਇਹ ਖਾਲਸੇ ਦਾ ਨਹੀਂ ਸਮਰਥਕ ਸੀਗੇ, ਹਜ਼ਾਰਾਂ ਲੋਕਾਂ ਦਾ ਖੂਨ ਵਹਾਇਆ ਪੰਜਾਬ 'ਚ, ਲੇਕਿਨ ਅੱਜ ਇਹ ਪੰਜਾਬ ਦੀ ਮੁੱਖ ਧਾਰਾ 'ਚ ਸ਼ਾਮਿਲ ਹੋਣਾ ਚਾਹੁੰਦੇ ਆ। ਉਹਦੇ ਕੋਲੋਂ ਕੋਈ ਸਪਸ਼ਟ ਕਰਨ ਨਹੀਂ ਲਿਆ, ਸਿੱਧਾ ਕੇਂਦਰੀ ਸਰਕਾਰ ਨੇ ਇੱਕ ਸਮੁਦਾਇ ਨੂੰ ਕੁਛ ਕਰਨ ਵਾਸਤੇ 350 ਦੇ ਕਰੀਬ ਨਾਮੀ ਆਤੰਕਵਾਦੀਆਂ ਨੂੰ ਫਿਰ ਹਿੰਦੁਸਤਾਨ 'ਚ ਆਉਣ ਦੀ ਪਰਮਿਸ਼ਨ ਦੇ ਦਿੱਤੀ। ਇਹਦੇ 'ਤੇ ਨਾ ਤਾਂ ਅੱਜ BJP ਪੰਜਾਬ ਬੋਲ ਰਹੀ ਆ, ਨਾ ਅਕਾਲੀ ਕੁਛ ਬੋਲ ਰਹੇ ਨੇ, ਇਹ ਲੋਕ ਵੋਟਾਂ ਦੀ ਰਾਜਨੀਤੀ ਕਰ ਰਹੇ ਨੇ। ਇਹਨਾਂ ਨੂੰ ਵੋਟਾਂ ਚਾਹੀਦੀਆਂ, ਪੰਜਾਬ 'ਚ ਖੂਨ ਖਰਾਬਾ ਹੁੰਦਾ ਰਹੇ, ਦੇਸ਼ 'ਚ ਖੂਨ ਖਰਾਬਾ ਹੁੰਦਾ ਰਹੇ, ਇਹਨਾਂ ਨੂੰ ਇਹਦੀ ਕੋਈ ਪਰਵਾਹ ਨਹੀਂ। ਉਹ ਸ਼ੇਰਸ਼ਾਹ ਨੇ ਹਮੇਸ਼ਾ ਖਾਲਿਸਤਾਨ ਦਾ ਵਿਰੋਧ ਕੀਤਾ ਔਰ ਸਾਨੂੰ ਬਦਨਾਮ ਕੀਤਾ ਗਿਆ ਵੀ ਆਪਾਂ ਇੱਕ ਮੈਜੋਰਿਟੀ ਦੇ ਖਿਲਾਫ ਆ, ਸਿੱਖਾਂ ਦੇ ਖਿਲਾਫ ਆ। ਲੇਕਿਨ ਆਪਾਂ ਕਿਸੇ ਸਿੱਖ ਦੇ ਖਿਲਾਫ ਨਹੀਂ, ਸਿੱਖ ਸਾਡੇ ਭਾਈ ਨੇ, 9 ਮਾਰਚ ਦਾ ਸਾਡਾ ਰਿਸ਼ਤਾ। ਲੇਕਿਨ ਸ਼ੇਰਸ਼ਾਹ ਨੇ ਗੱਲ ਵੀ ਦਾਅਵੇ ਨਾਲ ਕਹਿੰਦੀ, ਜਿਹੜਾ ਪੰਜਾਬੀਅਤ ਦੇ ਖਿਲਾਫ ਹੋਏਗਾ, ਜਿਹੜਾ ਪੰਜਾਬ ਦੇ ਖਿਲਾਫ ਹੋਏਗਾ, ਜਿਹੜਾ ਵਿਅਕਤੀ ਪੰਜਾਬ ਦੇ ਵਿੱਚ ਫਿਰ 84 ਵਾਲੇ ਖਾ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਲੋਕ, ਸ਼ੇਰਸ਼ਾਹ ਨੇ ਉਹਨਾਂ ਲੋਕਾਂ ਦੇ ਖਿਲਾਫ। ਔਰ ਮੈਂ ਸਪਸ਼ਟ ਗੱਲ ਕਹਿਣਾ ਚਾਹਾਂਗਾ, ਜਿਹੜੀ ਖਾਲਿਸਤਾਨ ਦੀ ਮੰਗ ਸੀਗੀ ਜਦੋਂ ਦੇਸ਼ ਆਜ਼ਾਦ ਹੋਇਆ, ਇਹ ਪਹਿਲੀ ਮੰਗ ਹੈ। ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੰਗ ਨਹੀਂ ਸੀ ਹੈਗੀ, ਇਹ ਮੰਗ ਲਾਹੌਰ 'ਚੋਂ ਉੱਠੀ ਸੀਗੀ। ਅਗਰ ਕਿਸੇ ਨੇ ਖਾਲਿਸਤਾਨ ਲੈਣਾ ਨਾ ਤਾਂ ਲਾਹੌਰ ਦੇ ਵਿੱਚੋਂ ਲੈ ਸਕਦਾ ਸੀ ਨਾਲ ਉਹਨਾਂ ਦੇ। ਲੇਕਿਨ ਕੋਈ ਅੱਜ ਦੀ ਡੇਟ 'ਚ ਕਵੇ ਵੀ ਇਸ ਪੰਜਾਬ ਨੂੰ ਤੋੜ ਕੇ ਆਪਾਂ ਖਾਲਿਸਤਾਨ ਬਣਾਵਾਂਗੇ, ਸ਼ੇਰਸ਼ਾਹ ਕਦੀ ਵੀ ਨਹੀਂ ਐਸਾ ਹੁੰਦੇ ਹੈਗੇ। ਔਰ ਮੇਰੇ ਵੀਰਾਂ ਨੇ ਜੋ ਕੋਈ ਸਵਾਲ ਤੁਸੀਂ ਕਰਨਾ।